ਸ਼੍ਰੀਕਾਲ ਜੀ ਨਮਨ ਕਲਾਸ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਆਪਣੀ ਲਾਸਟ ਵੀਡੀਓ ਦੇ ਵਿੱਚ ਪੜਨਾ ਬਾਰੇ ਪੜਿਆ ਸੀ ਤੇ ਅੱਜ ਆਪਾਂ ਪੜਾਂਗੇ ਵਿਸ਼ੇਸ਼ਣ ਬਾਰੇ। ਵਿਸ਼ੇਸ਼ਣ ਹੁੰਦਾ ਕੀ ਆ? ਵਿਸ਼ੇਸ਼ਣ ਤੋਂ ਭਾਵ ਹੈ ਕਿ ਕਿਸੇ ਦੀ ਵਿਸ਼ੇਸ਼ਤਾ ਜਾਂ ਕਿਸੇ ਦੀ ਖਾਸੀਅਤ ਦੱਸਣੀ। ਆਪਣੇ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਐਦਾਂ ਦੀ ਨਹੀਂ ਹੈਗੀ ਜੇ ਜਿਸ ਦੇ ਵਿੱਚ ਕੋਈ ਵੀ ਗੁਣ ਜਾਂ ਦੋਸ਼ ਨਾ ਹੋਵੇ, ਚਾਹੇ ਕੋਈ ਵਿਅਕਤੀ ਹੈ ਚਾਹੇ ਵਸਤੂ ਹੈ। ਹਰੇਕ ਦੇ ਵਿੱਚ ਗੁਣ ਵੀ ਹੁੰਦੇ ਆ ਤੇ ਦੋਸ਼ ਵੀ ਹੁੰਦੇ ਆ, ਤੇ ਜਦੋਂ ਅਸੀਂ ਕਿਸੇ ਦੇ ਵੀ ਗੁਣ ਜਾਂ ਦੋਸ਼ ਨੂੰ ਦੱਸ ਕੇ ਉਸ ਚੀਜ਼ ਨੂੰ ਆਮ ਤੋਂ ਖਾਸ ਬਣਾਉਂਦੇ ਆ ਤਾਂ ਵਿਆਕਰਨ ਦੇ ਵਿੱਚ ਆਪਾਂ ਉਸ ਨੂੰ ਵਿਸ਼ੇਸ਼ਣ ਬੋਲਦੇ ਆ। ਤੇ ਇਸ ਦੀ ਪਰਿਭਾਸ਼ਾ ਆਪਾਂ ਐਵੇਂ ਦੇ ਸਕਦੇ ਆ ਕਿ ਜਿਹੜਾ ਸ਼ਬਦ ਕਿਸੇ ਨਾਮ ਜਾਂ ਪੜਨਾਮ ਨਾਲ ਆ ਕੇ ਉਸਦੀ ਵਿਸ਼ੇਸ਼ਤਾ ਦੱਸਦੇ ਉਸ ਨੂੰ ਵਿਸ਼ੇਸ਼ਣ ਕਿਹਾ ਜਾਂਦਾ। ਠੀਕ ਹੈ ਕਿ ਜਿਹੜਾ ਵੀ ਨਾਮ ਜਾਂ ਪੜਨਾਮ ਹੈ ਕਿਸੇ ਦੀ ਵਿਸ਼ੇਸ਼ਤਾ ਦੱਸੇ ਤਾਂ ਉਹ ਕੀ ਹੁੰਦਾ? ਉਸਦਾ ਵਿਸ਼ੇਸ਼ਣ ਹੁੰਦਾ। ਤੇ ਵਿਸ਼ੇਸ਼ਣ ਕੀ ਐਗਜ਼ਾਮਪਲ ਨੇ ਇਹਦੀਆਂ? ਜਿਵੇਂ ਲਾਲ ਕੋਈ ਵੀ ਕਲਰ ਹੈ, ਆਪਾਂ ਕਿਸੇ ਵੀ ਚੀਜ਼ ਦੀ ਅਗਰ ਵਿਸ਼ੇਸ਼ਤਾ ਦੱਸਣੀ ਹੋਵੇ ਤਾਂ ਕੀ ਹੈ? ਜਿਵੇਂ ਆਪਾਂ ਕਹਿੰਦੇ ਹਾਂ ਕਿ ਮੇਰੇ ਕੋਲ ਪੈਨ ਹੈ, ਪੈਨ ਤਾਂ ਹੈ ਪਰ ਉਹਦੀ ਵਿਸ਼ੇਸ਼ਤਾ ਕੀ ਹੈ ਕਿ ਮੇਰੇ ਕੋਲ ਲਾਲ ਪੈਨ ਹੈ, ਨੀਲਾ ਪੈਨ ਹੈ ਜਾਂ ਕਾਲਾ ਪੈਨ ਹੈ। ਇਹ ਜਿਹੜੇ ਰੰਗ ਨੇ ਕੀ ਹੋ ਗਈ? ਉਹਦੀ ਵਿਸ਼ੇਸ਼ਤਾ ਹੋ ਗਈ। ਅੱਗੇ ਕੀ ਹੈ? ਕੋਈ ਚੀਜ਼ ਨਵੀਂ ਹੈ, ਕੋਈ ਚੀਜ਼ ਪੁਰਾਣੀ ਹੈ, ਕੁਛ ਮਿੱਠਾ ਹੈ, ਕੁਛ ਕੌੜਾ ਹੈ, ਕੁਛ ਖੱਟਾ ਹੈ, ਭੋਲਾ ਲੰਮਾ ਥੋੜਾ ਆਦਿ। ਇਹ ਕੀ ਨੇ? ਸਾਰੀਆਂ ਵਿਸ਼ੇਸ਼ਤਾਵਾਂ ਨੇ। ਤੇ ਹੁਣ ਵਿਸ਼ੇਸ਼ਣ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਕਿੰਨੀਆਂ ਹੁੰਦੀਆਂ? ਵਿਸ਼ੇਸ਼ਣ ਸਾਡੇ ਕੋਲ 5 ਪ੍ਰਕਾਰ ਦੇ ਹੁੰਦੇ ਨੇ। ਪਹਿਲਾ ਹੈਗਾ ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ ਤੋਂ ਕੀ ਭਾਵ ਹੁੰਦਾ? ਕਿ ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਦੇ ਗੁਣ ਦੱਸੇ, ਔਗੁਣ ਦੱਸੇ, ਆਕਾਰ ਦੱਸੇ ਉਹਨੂੰ ਆਪਾਂ ਕੀ ਬੋਲਦੇ ਆ? ਗੁਣਵਾਚਕ ਵਿਸ਼ੇਸ਼ਣ ਬੋਲਦੇ ਆ। ਜਿਵੇਂ ਕੀ ਆ? ਸੁੰਦਰ, ਉੱਚੀ, ਪਤਲੀ, ਇਹ ਚੀਜ਼ਾਂ ਕੀ ਨੇ? ਗੁਣਵਾਚਕ ਵਿਸ਼ੇਸ਼ਣ ਦੀਆਂ ਨੇ। ਤੇ ਗੁਣਵਾਚਕ ਵਿਸ਼ੇਸ਼ਣ ਨੂੰ ਅੱਗੇ ਆਪਾਂ ਜਿਹੜੀ ਤੁਲਨਾ ਇਹਦੀ 3 ਅਵਸਥਾਵਾਂ ਦੇ ਦੌਰਾਨ ਕੀਤੀ ਜਾਂਦੀ ਹੈ। ਕਿ ਇਹਦੀਆਂ ਅਵਸਥਾਵਾਂ 3 ਹੁੰਦੀਆਂ ਨੇ। ਪਹਿਲੀ ਕੀ ਹੈ? ਸਧਾਰਨ ਅਵਸਥਾ। ਇਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਸ਼ਬਦ ਹੁੰਦਾ, ਕੋਈ ਵੀ ਜਿਹੜਾ ਸ਼ਬਦ ਹੈ ਉਹ ਤੁਲਨਾ ਕਰਦਾ। ਠੀਕ ਹੈ ਜੀ, ਉਹਦੀ ਤੁਲਨਾ ਕਿਹਦੇ ਨਾਲ ਹੁੰਦੀ ਆ? ਇੱਕ ਹੀ ਸ਼ਬਦ ਦੇ ਨਾਲ ਉਹਦੀ ਵਾਕ ਦੇ ਨਾਲ ਤੁਲਨਾ। ਭਾਵ ਕੀ ਹੈ? ਕਿ ਜਿਹੜਾ ਜਿਹੜੇ ਵੀ ਸ਼ਬਦ ਤੋਂ ਆਪਾਂ ਨੂੰ ਕਿਸੇ ਵੀ ਚੀਜ਼ ਦੀ ਗੁਣ ਜਾਂ ਦੋਸ਼ ਪਤਾ ਲੱਗੇ ਪਰ ਉਹਦੀ ਤੁਲਨਾ ਕਿਸੇ ਹੋਰ ਨਾਲ ਨਾ ਕੀਤੀ ਗਈ ਹੋਵੇ, ਉਹ ਕੀ ਹੁੰਦੀ ਆ? ਸਧਾਰਨ ਅਵਸਥਾ। ਜਿਵੇਂ ਇਹ ਚਾਕੂ ਤੇਜ਼ ਹੈ, ਚਾਕੂ ਕੀ ਹੈ? ਤੇਜ਼ ਹੈ। ਇਸਦੀ ਆਪਾਂ ਤੁਲਨਾ ਕਿਸੇ ਹੋਰ ਚੀਜ਼ ਨਾਲ ਨਹੀਂ ਕੀਤੀ ਗਈ, ਉਸਦੀ ਖੁਦ ਦਾ ਹੀ ਇਹ ਗੁਣ ਦੱਸਿਆ ਗਿਆ ਕਿ ਜਿਹੜਾ ਚਾਕੂ ਆ ਉਹ ਤੇਜ਼ ਹੈ। ਇਹ ਅਵਸਥਾ ਕੀ ਹੋਗੀ? ਸਧਾਰਨ ਅਵਸਥਾ। ਨੈਕਸਟ ਹੁੰਦੀ ਹੈ ਅਧਿਕਤਰ ਅਵਸਥਾ। ਇਹਦੇ ਚ ਕੀ ਹੁੰਦਾ ਕਿ ਜਿਹੜਾ ਸ਼ਬਦ ਹੈ ਜਿਹੜਾ ਉਹ ਕਿਸੇ ਵੀ ਜਿਹੜਾ ਸ਼ਬਦ ਹੈ ਉਹ ਵਿਸ਼ੇਸ਼ਤਾ ਜਿਹੜੀ ਕੀ ਹੈ ਕਿਸੇ ਵੀ ਨਾਂਵ ਜਾਂ ਸ਼ਬਦ ਦੇ ਨਾਲ ਆ ਕੇ ਦੱਸੇ। ਠੀਕ ਹੈ ਜੀ, ਕਿਸੇ ਵੀ ਇੱਕ ਨਾਂਵ ਜਾਂ ਸ਼ਬਦ ਦੇ ਨਾਲ ਆ ਕੇ ਜਿਹੜਾ ਸ਼ਬਦ ਵਿਸ਼ੇਸ਼ਤਾ ਦੱਸੇ ਉਹ ਕੀ ਹੁੰਦਾ? ਅਧਿਕਤਰ ਅਵਸਥਾ ਹੁੰਦੀ ਹੈ। ਜਿਵੇਂ ਇਹ ਚਾਕੂ ਉਸ ਨਾਲੋਂ ਤੇਜ਼ ਹੈ। ਠੀਕ ਹੈ ਜੀ, ਇਹਦੇ ਚ ਕਿਹਦੇ ਨਾਲ ਤੁਲਨਾ ਕੀਤੀ ਹੋਈ ਹੈ? ਇੱਕ ਨਾਂਵ ਪੜਨਾਂਵ ਦੇ ਨਾਲ ਕੀਤੀ ਗਈ ਹੈ ਕਿ ਜਿਹੜੇ ਚਾਕੂ ਹੈ ਉਸਦੇ ਨਾਲੋਂ ਤੇਜ਼ ਹੈ। ਠੀਕ ਹੈ ਜੀ, ਇਹਦੀ ਤੁਲਨਾ ਕੀਤੀ ਗਈ ਹੈ ਪਰ ਕੀ? ਇੱਕ ਨਾਂਵ ਪੜਨਾਂਵ ਨਾਲ ਕੀਤੀ ਗਈ ਹੈ ਕਿ ਇਹ ਚਾਕੂ ਉਸ ਨਾਲੋਂ ਤੇਜ਼ ਹੈ। ਥਰਡ ਹੈਗੀ ਹੈ ਅਧਿਕਤਮ ਅਵਸਥਾ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਸ਼ਬਦ ਹੈ ਉਹ ਜਿਹੜਾ ਕੀ ਹੈ ਦੋ ਜਾਂ ਦੋ ਤੋਂ ਵੱਧ ਨਾਂਵ ਪੜਨਾਂਵ ਸ਼ਬਦਾਂ ਦੇ ਨਾਲ ਜਿਹੜਾ ਕੀ ਹੈ ਤੁਲਨਾ ਕਰਕੇ ਦੱਸੇ ਉਸਨੂੰ ਕੀ ਕਹਿੰਦੇ ਆ? ਅਧਿਕਤਮ ਅਵਸਥਾ। ਜਿਵੇਂ ਇਹ ਚਾਕੂ ਸਾਰੇ ਚਾਕੂਆਂ ਨਾਲੋਂ ਤੇਜ਼ ਹੈ। ਚਾਕੂ ਕੀ ਹੈ? ਇੱਕ ਨਾਂਵ ਹੈ ਪਰ ਅੱਗੇ ਇਹਦੀ ਕੀ ਹੈ ਜਿਹੜੀ ਵਿਸ਼ੇਸ਼ਤਾ ਦੱਸੀ ਗਈ ਹੈ ਉਹ ਦੋ ਤੋਂ ਵੱਧ ਨਾਂਵ ਦੇ ਨਾਲ ਦੱਸੀ ਗਈ ਹੈ। ਇੱਕ ਚਾਕੂ ਦੀ ਜਿਹੜੀ ਕੀ ਹੈ ਤੁਲਨਾ ਚਾਕੂਆਂ ਨਾਲ ਕੀਤੀ ਗਈ ਹੈ। ਇਹ ਕੀ ਹੈ? ਅਧਿਕਤਮ ਅਵਸਥਾ। ਸਧਾਰਨ ਹੁੰਦੀ ਆ ਜਿਸ ਦੇ ਵਿੱਚ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾਂਦੀ, ਸਿਰਫ ਵਸਤੂ ਦਾ ਗੁਣ ਦੋਸ਼ ਜੋ ਵੀ ਹੈ ਉਹ ਦੱਸਿਆ ਜਾਂਦਾ। ਤੇ ਅਧਿਕਤਰ ਦੇ ਵਿੱਚ ਕੀ ਹੁੰਦਾ ਕਿ ਕਿਸੇ ਇੱਕ ਨਾਂਵ ਜਾਂ ਪੜਨਾਂਵ ਸ਼ਬਦ ਦੇ ਨਾਲ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ, ਤੁਲਨਾ ਕੀਤੀ ਜਾਂਦੀ ਹੈ। ਤੇ ਅਧਿਕਤਮ ਅਵਸਥਾ ਦੇ ਵਿੱਚ ਕੀ ਕੀਤਾ ਜਾਂਦਾ? ਇੱਕ ਦੋ ਜਾਂ ਦੋ ਤੋਂ ਵੱਧ ਨਾਂਵ ਪੜਨਾਂਵ ਦੇ ਨਾਲ ਵਿਸ਼ੇਸ਼ਤਾ ਦੱਸੀ ਜਾਂਦੀ ਹੈ। ਸੈਕਿੰਡ ਹੈਗਾ ਆਪਣਾ ਸੰਖਿਆਵਾਚਕ ਜਾਂ ਸੰਖਿਅਕ ਵਿਸ਼ੇਸ਼ਣ। ਇਹ ਕੀ ਹੈ ਜੀ? ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਦੀ ਗਿਣਤੀ ਦੱਸੇ। ਠੀਕ ਹੈ ਜੀ, ਗਿਣਤੀ ਦੱਸੇ, ਉਹਦੀ ਮਿਣਤੀ ਦੱਸੇ, ਉਹ ਕੀ ਹੁੰਦੇ ਨੇ? ਸੰਖਿਆਵਾਚਕ ਜਾਂ ਸੰਖਿਅਕ ਵਿਸ਼ੇਸ਼ਣ। ਕਿ ਜਿਸ ਤੋਂ ਵੀ ਆਪਾਂ ਨੂੰ ਕੀ ਹੈ ਕਿਸੇ ਦੀ ਗਿਣਤੀ ਬਾਰੇ ਪਤਾ ਲੱਗੇ ਕਿ ਇਹ ਚੀਜ਼ਾਂ ਕਿੰਨੀਆਂ ਨੇ ਤਾਂ ਉਹ ਕੀ ਹੁੰਦੀ ਹੈ? ਸੰਖਿਅਕ ਜਾਂ ਸੰਖਿਆਵਾਚਕ ਵਿਸ਼ੇਸ਼ਣ। ਜਿਵੇਂ ਗੀਤਾ ਕੋਲ 5 ਸੂਟ ਹਨ। ਗੀਤਾ ਕੋਲ ਸੂਟ ਤਾਂ ਹਨ ਪਰ ਵਿਸ਼ੇਸ਼ਤਾ ਕੀ ਹੈ ਕਿ ਸੂਟ ਕਿੰਨੇ ਨੇ? 5 ਸੂਟ। ਤਾਂ ਇਹ ਕੀ ਹੈ ਜੀ? ਸੰਖਿਅਕ ਵਿਸ਼ੇਸ਼ਣ ਹੈ, ਇਹਨੇ ਸੰਖਿਆ ਦੱਸੀ ਹੈ ਕਿ ਉਹਦੇ ਕੋਲ ਸੂਟਾਂ ਦੀ ਗਿਣਤੀ ਕਿੰਨੀ ਹੈ? 5। ਨੈਕਸਟ ਹੈਗਾ ਇਸ ਕਮੀਜ਼ ਦਾ ਮੁੱਲ ਦੁੱਗਣਾ ਹੈ। ਮੁੱਲ ਤਾਂ ਹੈ ਪਰ ਕਿੰਨਾ ਮੁੱਲ ਹੈ? ਦੁੱਗਣਾ ਹੈ। ਕੀ ਦੱਸ ਰਿਹਾ ਇਹ? ਗਿਣਤੀ ਦੱਸ ਰਿਹਾ ਉਹਦੀ ਕਿ ਜਿਹੜੀ ਇਹ ਕਮੀਜ਼ ਹੈ ਇਸਦਾ ਮੁੱਲ ਦੁੱਗਣਾ ਹੈ। ਇਹ ਕੀ ਹੋ ਗਿਆ? ਸੰਖਿਆਵਾਚਕ ਵਿਸ਼ੇਸ਼ਣ। ਥਰਡ ਹੈਗਾ ਆਪਣਾ ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ। ਇਹ ਕੀ ਹੁੰਦਾ ਕਿ ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਦੀ ਮਿਣਤੀ ਦੱਸੇ, ਮਾਪ ਦੱਸੇ ਜਾਂ ਤੋਲ ਦੱਸੇ ਉਹ ਕੀ ਹੁੰਦੇ ਨੇ? ਪਰਿਮਾਣਵਾਚਕ ਜਾਂ ਮਿਣਤੀਵਾਚਕ ਵਿਸ਼ੇਸ਼ਣ।
ठीक है जी, कि जिस तो भी आपां नूं किसे दी मिलती बारे पता लगे, किसे दी मांग बारे पता लगे, किस कोई चीज तोलन वाली पता लगे, तो की हुंदे ने परिमाणवाचक या मिनतीवाचक विशेषण। जिवें थोड़ा विश्राम कर लवो, विश्राम तो कर लो, पर परिमाण या मिनती की है कि किन्ना विश्राम करना है, थोड़ा थोड़ा विश्राम कर लवो। उस तो बाद हैगा हनी कोल काफी धन है, हनी कोल धन तो है पर किन्ना धन है, काफी ओदी जड़ी की है मिनती है, वो की है कि काफी धन है। एडे विच आप तोल दी एग्जाम्पल भी ले सकते हैं कि जिवें कोई माप के कोई तोल के चीज देने वाली है, जिवें कह सकदे 2 किलो आटा, मुठी कुछ मुठी चीनी, ठीक है जी, 2 किलो दूध, ये सारे एग्जाम्पल की ने परिमाणवाचक मिनती दी ने। संख्यावाचक दे विच की है गिनती दसी जाती है, और परिमाणवाचक दे विच की है मिनती या माप तोल दसिया जाता है। फोर्थ हैगा अपना निश्चयवाचक विशेषण, कि जेड़ा नाम या पड़नाव जेड़ा शब्द है वह नाम या पड़नाव दे वल इशारा निश्चित इशारा करके उसकी विशेषता दसे, ठीक है जी, कि चीज तो साडे कोल हैगी है पर असि की है खुद दस के ओदी की है विशेषता दस दे, उस दे वल इशारा करके उसकी विशेषता दसनी, ओ की हुंदा निश्चयवाचक विशेषण। एडी एग्जाम्पल हैगी है ए किताब मेरी है, ए ना देखो किताब मेरी है, किताब मेरी है, केड़ी किताब मेरी है, ए जेड़ी ए किताब है ओ मेरी है, ए ने एदे नाल की है दी विशेषता दसदी है कि जेड़ी ए किताब है ए मेरी है, किताब तो मेरी है पर विशेषता की है, केड़ी किताब, ए किताब मेरी है, ठीक है। अपन निश्चय पूर्वक एदे वल इशारा करके दसिया कि ए किताब मेरी है, इस दे नाल की है किताब दी विशेषता होगी कि ए किताब मेरी है। सेकंड की है कि ओ फुल किन्ना सुंदर है, ओ नू ना देख के अगर देखा जाए फुल किन्ना सुंदर है, फुल सुंदर है पर केड़ा फुल सुंदर है, आपा इशारा करके दस दे कि जेड़ा ओ फुल है ओ किन्ना सुंदर है, ओ की हो गया एदा निश्चयवाचक विशेषण, ओ ने की किता एदी फुल दी विशेषता दसी है। अगे आ बच्चा किन्ना शरारती है, ठीक है जी, आ रहन दो देखन नू, पहला देखो बच्चा किन्ना शरारती है, बच्चा शरारती है पर विशेषता की है कि केड़ा बच्चा शरारती है, किदे बारे गल कर रहे हैं, ता आ शब्द ने आके की है एदी विशेषता दसी है कि जेड़ा आ बच्चा ओ शरारती है, ठीक है जी, की है कि जेड़ा शब्द निश्चय पूर्वक नाव या पड़नाव दे वल इशारा करके दसे ओदी विशेषता दसे, ओ की हुंदा निश्चयवाचक विशेषण हुंदा, कि कोई चीज दूर पई है अपने या कोई चीज नेड़े है आपां बोल के ओदे बारे ओदी विशेषता दस के जदों दसदे आ तो ओ हुंदा निश्चयवाचक विशेषण। लास्ट हैगा अपना पड़नावी विशेषण, जिवें इहदे नाम तों ही पता लगदा कि पड़नावी की भाव की है कि जेड़ा शब्द है होवे तां ओह पड़नाव, ठीक है जी, पर नाव दे नाल आके की है ओह विशेषता नाव दी दसे, ठीक है जी, हुंदा ओह पड़नावी है पर नाव दे नाल आके की है उसदी विशेषता दसदा शब्द दी, तो की बन जांदा पड़नावी विशेषण। जिवें मेरी किताब मेरे कोल है, ठीक है जी, मेरी की इहदे च पड़नाव है, अगर आपां मेरी नूं ना पढ़िए, किताब मेरे कोल है, किताब तां मेरे कोल है पर इहदे च विशेषण की है कि केड़ी किताब, मेरी किताब मेरे कोल है, ये इसी जगह हो सकता सी थोड़ी किताब मेरे कोल है, ठीक है जी, है ते की है पड़नाव है पर शब्द दे नाल आके इसने की कीता है विशेषता नाव दी दसी है कि मेरी किताब मेरे कोल है। सेकंड, जेड़ा मुंडा कल आया सी उसने परीक्षा विच पहला दर्जा प्राप्त किया सी, ठीक है जी, मुंडा कल आया सी, केड़ा मुंडा कि जेड़ा मुंडा आया सी, जेड़े ने की है इहदी पड़नावी विशेषण बनाया इहनू, ठीक है जी, जेड़ा की है पड़नाव है पर नाव दे नाल आके इहने की है विशेषता दसी है ते की बन गया पड़नावी विशेषण। लास्ट एग्जाम्पल हैगी है थोड़े कपड़े चंगे सीते हुए हैं, कपड़े तां चंगे सीते हुए हैं पर इहदा पड़नावी विशेषण की है थोड़े कपड़े, ठीक है जी, थोड़े की है पड़नाव है, जदों इह नाव दे नाल इहने विशेषता दसी ते की बन गया पड़नावी विशेषण कि थोड़े कपड़े चंगे सीते हुए हैं। फिर होया जी गुणवाचक विशेषण दे विच आपां की दसदे आ, किसी भी व्यक्ति या वस्तु दे गुण दोष आकार जेड़े हुंदे आ उहनां बारे दसदे आ। संख्यावाचक दे विच जेड़ा शब्द है ना किसे शब्द जितों आपां तों आपां नूं गिनती मिनती दा पता लगे ओह की हुंदे ने संख्यावाचक जां संख्यक विशेषण, ते जिन्हां शब्दां तों आपां नूं की आ किसे दी मिनती बारे या मिनती बारे या माप तोल बारे पता लगे ओह की हुंदे आ परिमाणवाचक या मिनतीवाचक विशेषण, ते जेड़े की आ नाव या जेड़े शब्द नाव या पड़नाव वल निश्चय पूर्वक इशारा करके उसकी विशेषता दसण ओह की हुंदे आ
निश्चयवाचक विशेषण और पड़नाव विशेषण की होंगे कि शब्द हुंदा दा की है पड़नाव है ठीक है जी पड़नाव दे नाल आके की है वो विशेषता नाव दी दसदा जिस करके वो की बन जांदा पड़नावी विशेषण ठीक है जी ए अपने हो गया विशेषण आस करते हैं कि थोनू चंगी तरह क्लियर है सारा अपना चैप्टर अज का हो गया होगा तो ज्यादा चैनल नू लाइक शेयर ते सब्सक्राइब जरूर करो थैंक यू।